ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਉਹਨਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਸਹਿਮਤ ਹੈ। ਪਾਕਿਸਤਾਨ ਦੌਰੇ ਤੋਂ ਪਰਤ ਕੇ ਉਹਨਾਂ ਦੱਸਿਆ ਹੈ ਕਿ ਦੌਰੇ ਦੌਰਾਨ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਅਤੇ ਘੱਟ ਗਿਣਤੀਆਂ ਦੇ ਮੰਤਰੀ ਪੀਰ ਨੂਰ ਉਲ ਹੱਕ ਕਾਦਰੀ ਦੇ ਨਾਲ ਇਸਲਾਮਾਬਾਦ 'ਚ ਹੋਈ ਮੀਟਿੰਗ 'ਚ ਉਹਨਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਹਿਮਤੀ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਰਨਾ ਭਰਾਵਾਂ ਨੇ ਕਿਹਾ ਕਿ ਪਾਕਿਸਤਾਨ ਲਾਂਘਾ ਖੋਲ੍ਹਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਇਸ ਮੁੱਦੇ 'ਤੇ ਸਿਰਫ ਭਾਰਤ ਸਰਕਾਰ ਦੇ ਹੀ ਹਾਂ ਪੱਖੀ ਹੁੰਗਾਰੇ ਦੀ ਉਡੀਕ ਹੋ ਰਹੀ ਹੈ। ਸਰਨਾ ਭਰਾਵਾਂ ਨੇ ਕਿਹਾ ਹੈ ਕਿ ਜਿਸ ਥਾਂ ਤੋਂ ਕਰਤਾਰਪੁਰ ਸਾਹਿਬ ਨੂੰ ਲਾਂਘਾ ਦੇਣ ਦੀ ਯੋਜਨਾ ਹੈ ਉਸ ਖੇਤਰ ਦਾ ਪਾਕਿਸਤਾਨ ਸਰਕਾਰ ਨੇ ਸਰਵੇਖਣ ਵੀ ਕਰਵਾ ਲਿਆ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਸਰਹੱਦ ਤੋਂ ਸਿੱਖ ਸ਼ਰਧਾਲੂਆਂ ਨੂੰ ਲਿਆਉਣ ਅਤੇ ਛੱਡਣ ਲਈ ਬਕਾਇਦਾ ਏਸੀ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਮੀਟਿੰਗ ਦੇ ਵੇਰਵੇ ਦਿੰਦਿਆਂ ਸਰਨਾ ਭਰਾਵਾਂ ਨੇ ਵੀ ਕਿਹਾ ਹੈ ਕਿ ਪਾਕਿਸਤਾਨ ਸਰਕਾਰ 1965 ਦੀ ਜੰਗ 'ਚ ਤਬਾਹ ਹੋਈ ਰਾਵੀ ਪੁਲ ਨੂੰ ਮੁੜ ਉਸਾਰਨ ਲਈ ਵੀ ਸਹਿਮਤ ਹੈ। ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਔਨ ਅਰਾਈਵਲ ਵੀਜ਼ਾ ਦੇਣ ਦੇ ਸੁਝਾਅ 'ਤੇ ਵੀ ਪਾਕਿਸਤਾਨ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ। ਗੱਲ ਹੈਗੀ ਕਿ ਅਸੀਂ ਗਏ ਤਾਂ ਸੀ ਵੀ ਨਨਕਾਣਾ ਸਾਹਿਬ, ਕਿਉਂਕਿ ਜਿਹੜਾ ਦਫ਼ਤਰ ਬੁਲਾ ਕੇ ਉਹਦੀ ਸੇਵਾ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਡੇਰਾ ਸਾਹਿਬ ਆਲਰੇਡੀ ਸੇਵਾ ਜਿਹੜੀ ਹੈਗੀ ਤਕਰੀਬਨ ਇੱਕ ਹਫ਼ਤੇ ਤੱਕ ਕੰਪਲੀਟ ਹੋ ਜਾਏਗੀ। ਪਰ ਥੋੜ੍ਹੀ ਜਿਹੀ ਕਿਉਂਕਿ ਪ੍ਰੋਬਲਮਸ ਆ ਰਹੀਆਂ ਸਾਨੂੰ, ਅਸੀਂ ਸਾਲਵ ਕਰਨ ਵਾਸਤੇ ਗਏ ਸਾਂ। ਪਰ ਨਾਲ ਹੀ ਅਸੀਂ ਜਦ ਕਾਫ ਵਾਲਿਆਂ ਨੂੰ ਮਿਲੇ ਉਹਨਾਂ ਦੇ ਦਫ਼ਤਰ ਦੇ ਵਿੱਚ, ਤਾਂ ਉਹਨਾਂ ਨੇ ਕਿ ਹਮ ਲੋਕ ਲਾਂਘਾ ਖੋਲ੍ਹਣੇ ਕੇ ਲਈ ਬਹੁਤ ਸੀਰੀਅਸ ਹੈ। 21 ਤਰੀਕ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਦਾ ਜੋ ਜੋਤੀ ਜੋਤ ਸਮਾਨ ਕਪੂਰ ਬਣਾਇਆ ਗਿਆ, ਬਹੁਤ ਸਾਨੂੰ ਸ਼ੌਕਤ ਸੇ ਬਣਾਇਆ ਗਿਆ। ਉਸ ਦਿਨ ਹਮਾਰੀ ਸਰਕਾਰ ਕੀ ਤਰਫ ਸੇ ਪੂਰਾ ਸਰਵੇ ਕੀਆ ਗਿਆ ਹੈ ਔਰ ਸਰਵੇ ਕਰਨੇ ਕੇ ਬਾਅਦ ਉਹਨਾਂ ਨੇ ਸਾਰੀ ਬਾਤਾਂ ਨੋਟ ਕਰ ਲਈਆਂ ਔਰ ਸਰਵੇ ਕਰਨੇ ਕਾ ਮਤਲਬ ਹੈ ਕਿ ਹਮਾਰੀ ਸਰਕਾਰ ਇਹ ਲਾਂਘਾ ਖੋਲ੍ਹਣੇ ਕੇ ਲਈ ਔਰ ਪੁਲ ਬਣਾਉਣੇ ਕੇ ਲਈ ਸਿੰਸੀਅਰ ਹੈ। ਅਗਰ ਆਪ ਔਰ ਤਸੱਲੀ ਚਾਹਤੇ ਹੋ ਤਾਂ ਹਮ ਆਪਕੀ ਮੀਟਿੰਗ ਕੱਲ੍ਹ ਹਮਾਰੇ ਜੋ ਫੈਡਰਲ ਮਿਨਿਸਟਰ ਹੈ ਹਮਾਰੇ ਮਹਿਕਮੇ ਕੇ ਔਰ ਰਿਲੀਜੀਅਸ ਮੈਟਰਸ ਕੇ ਪੀਰ ਨੂਰ ਉਲ ਕਾਦਰੀ ਸਾਹਿਬ, ਉਨਕੇ ਸਾਥ ਹਮ ਆਪਕੀ ਮੀਟਿੰਗ ਕਰਾ ਦਿੰਦੇ ਹਾਂ। ਫਿਰ ਸਾਡਾ ਮੀਟਿੰਗ ਦਾ ਟਾਈਮ ਤੈਅ ਹੋ ਗਿਆ, ਅਸੀਂ ਤਕਰੀਬਨ 4 ਵਜੇ ਇਸਲਾਮਾਬਾਦ ਪਹੁੰਚੇ, ਸਾਨੂੰ ਇੰਤਜ਼ਾਰ ਕਰਨੀ ਪਈ ਔਰ ਸਾਡੀ ਮੀਟਿੰਗ ਬਹੁਤ ਅੱਛੇ ਮਾਹੌਲ 'ਚ ਆਈ ਔਰ ਅਸੀਂ ਹਿੰਦੁਸਤਾਨ ਦੇ ਸਿੱਖਾਂ ਵੱਲੋਂ ਉਹਨਾਂ ਨੂੰ ਸਿਰੋਪਾ ਵੀ ਦਿੱਤਾ ਔਰ ਉਸਦੇ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਧਾਨ ਸਰਦਾਰ ਬਿਸ਼ਨ ਸਿੰਘ, ਹੋਰ ਮੈਂਬਰ ਸੰਤੋਖ ਸਿੰਘ ਅਤੇ ਹੋਰ ਮੈਂਬਰ ਸਨ, ਸਾਰੇ ਅਸੀਂ ਨਾਲ ਦਿੰਦੇ ਸਨ, ਪਲੱਸ ਅਕਾਫ ਦੇ 2 ਬੰਦੇ ਸਨ ਔਰ ਅਸੀਂ ਉਹਨਾਂ ਦੀ ਗੱਲ ਤੋਂ ਅਸੀਂ ਬਹੁਤ ਤਸੱਲੀ 'ਚ ਆਇਆ। ਇੱਕ ਤਾਂ ਉਹ ਗੱਲ ਸੀ ਕਿ ਉਸਨੇ ਕੋਈ ਪੋਲੀਟਿਕਸ ਵਾਲੀ ਗੱਲ ਸਾਡੇ ਨਾਲ ਨਹੀਂ ਕੀਤੀ, ਉਹ ਆਪ ਇੱਕ ਨਮਾਜ਼ੀ ਬੰਦਾ ਸੀ ਔਰ ਹਰ ਤਰਫ ਤੋਂ ਲੱਗਦਾ ਸੀ ਵੀ ਧਰਮ ਦੇ ਨੀਹਾਂ 'ਤੇ ਚੱਲਣ ਵਾਲਾ ਬੰਦਾ। ਉਸਨੇ ਕਿਹਾ ਵੀ ਮਾੜੀ ਸਰਕਾਰ ਜੋ ਹੈ ਬਿਲਕੁਲ ਸੰਸੀਅਰ ਹੈ ਇਸਕੇ ਮਾਮਲੇ ਮੇਂ
और हम बिल्कुल सिख कौम की जो इसके बारे में हृदय में तड़प है उसको समझते हैं, हम उनको निराश नहीं करेंगे। ब्यूरो रिपोर्ट, पंजाब टुडे।